I'm gonna make it.
समझ आ जाती है कितने कितने इन्हें लफ्जों को जिस दिन रिश्ता पक्का होता है ना उस दिन नूं असीं वक्खरे वक्खरे त्यौहार बना लैंदे विवाह नूं बड़ियां मंजिलां तय करनियां पैंदियां ने
ਬੜੇ ਵੱਖਰੇ ਵੱਖਰੇ ਫੰਕਸ਼ਨਾਂ ਵਿੱਚ ਲੰਘਣਾ ਪੈਂਦਾ ਹੈ। ਉਹ ਅਸੀਂ ਬਣਾਏ ਪਰ ਜਿਹੜੇ ਅਸੀਂ ਵੱਖਰੇ ਵੱਖਰੇ ਪੜਾਅ ਬਣਾਏ ਨੇ ਉਹਨਾਂ ਵਿੱਚ ਸਾਡੇ ਬਣਾਏ ਹੋਏ ਪੜਾਵਾਂ ਵਿੱਚ ਇਹ ਦੋ ਲਫ਼ਜ਼ ਵਰਤੇ ਜਾਂਦੇ ਨੇ ਰੋਕਾ ਠਾਕਾ। ਰੋਕਾ ਵੀ ਕੀ ਜਿਸ ਦਿਨ ਰੋਕ ਲਿਆ ਬਸ ਹੁਣ ਇਹ ਕਿਸੇ ਹੋਰ ਦਾ ਨਹੀਂ ਜਾਂ ਕਿਸੇ ਹੋਰ ਦੀ ਨਹੀਂ ਹੋ ਸਕਦੀ ਬਸ ਹੁਣ ਅੱਗੇ ਕੋਈ ਗੱਲਬਾਤ ਕਿਸੇ ਹੋਰ ਘਰ ਨਾਲ ਨਹੀਂ ਕਰਨੀ ਬੱਚੇ ਬੱਚੀ ਦਾ ਫੈਸਲਾ ਕਰਦੇ ਉਸ ਦਿਨ ਨੂੰ ਕਦੇ ਨੇ ਰੋਕਾ ਭਾਵੇਂ ਇਹ ਸਾਡੇ ਹੁਣ ਦੇ ਬਣੇ ਹੋਏ ਨੇ ਪਹਿਲੇ ਨਹੀਂ ਪਰ ਪੰਜਾਬ ਦੀ ਧਰਤੀ 'ਤੇ ਜਿੱਥੇ ਵਿਆਹ ਨੂੰ ਬੜਾ ਲੰਬਾ ਕੀਤਾ ਜਾਂਦਾ ਹੈ ਅੱਜ ਦੇ ਜ਼ਮਾਨੇ ਅੰਦਰ ਉੱਥੇ ਇਹ ਦਿਨ ਵੱਖਰੇ ਵੱਖਰੇ ਨਿਸ਼ਚਿਤ ਕਰ ਦਿੱਤੇ ਗਏ ਨੇ ਅੱਜ ਕੀ ਹੈ ਜੀ ਰੋਕਾ ਹੋਇਆ ਹੈ ਹੁਣ ਉਸ ਨੂੰ ਠਾਕਾ ਅਗਲਾ ਲਫ਼ਜ਼ ਹੈ ਅੱਜ ਹੁਣ ਨਿਯਮ ਦੇ ਨਾਲ ਪਬਲਿਕਲੀ ਤੌਰ 'ਤੇ ਉਹ ਰੋਕਾ ਤਾਂ ਅੰਦਰ ਬੈਠ ਕੇ ਵੀ ਹੋ ਗਿਆ ਸੀ ਹੁਣ ਇਹ ਠਾਕੇ ਦਾ ਦਿਨ ਹੈ ਇਸ ਦਿਨ ਠਾਕ ਨੇ ਭਾਵ ਨਿਸ਼ਾਨਦੇਹੀ ਕਰ ਲਈ ਕਿ ਹੁਣ ਇਹ ਸਾਡਾ ਕਿਸੇ ਚੀਜ਼ ਦੇ ਅਗਲੇ ਪੰਧ ਤੋਂ ਉਹਨੂੰ ਆਪਣੇ ਅਧੀਨ ਕਰਨਾ ਰੋਕ ਲੈਣਾ ਉਹਦੇ ਵਿੱਚ ਰੁਕਾਵਟ ਖੜੀ ਕਰ ਹੁਣ ਇਸ ਤੋਂ ਅਗਲਾ ਫੈਸਲਾ ਤੂੰ ਕੁਛ ਨਹੀਂ ਕਰ ਸਕਦਾ ਉਹਨੂੰ ਠਾਕਾ ਕਹਿੰਦੇ ਨੇ ਤੇ ਇੱਥੇ ਲਫ਼ਜ਼ ਵੀ ਠਾਕ ਵਰਤੇ ਆ ਰੱਬ ਦਾ ਮਾਲਿਕ ਦਾ ਦਰ ਉਹਦੇ ਰਾਹ ਵਿੱਚ ਕੋਈ ਸਾਨੂੰ ਠਾਕ ਦੇਵੇ ਕਿ ਤੁਸੀਂ ਅੱਗੇ ਨਹੀਂ ਜਾ ਸਕਦੇ ਦੂਜੇ ਲਫ਼ਜ਼ਾਂ ਵਿੱਚ ਰੋਕ ਦੇਵੇ ਕਿ ਤੁਸੀਂ ਅੱਗੇ ਨਹੀਂ ਜਾ ਸਕਦੇ ਤੀਜੇ ਲਫ਼ਜ਼ਾਂ ਵਿੱਚ ਹਟਕ ਦੇਵੇ ਮਨਾ ਕਰ ਦੇਵੇ ਇਹਨਾਂ ਇਹ ਤਿੰਨੋਂ ਲਫ਼ਜ਼ ਦੋਨੋਂ ਲਫ਼ਜ਼ ਆਏ ਨੇ ਉਹਨੇ ਗੁਰਬਾਣੀ ਵਿੱਚ ਜਾਣ ਲੱਗਿਆ ਵੀ ਸਾਨੂੰ ਮਾਲਕ ਆਖੇ ਤੂੰ ਮੇਰੇ ਪੁੱਛੇ ਬਿਨਾਂ ਨਹੀਂ ਆ ਸਕਦਾ ਯਾਦ ਕਰੇ ਪੁੱਛੇ ਬਿਨਾਂ ਨਾ ਆ ਸਕਣ ਦਾ ਸਵਾਲ ਵਿਗਾੜਨੇ ਲਈ ਹੁੰਦਾ ਛੋਟੀ ਛੋਟੀ ਗੱਲਾਂ ਗੁਰਬਾਣੀ ਵਿੱਚੋਂ ਇੱਕ ਇੱਕ ਲਫ਼ਜ਼ ਤੇ ਮਿਲਦੀਆਂ ਪੁੱਛ ਕੇ ਅੰਦਰ ਆਉਣਾ ਪਹਿਲਾਂ ਬੈਲ ਖੜਕਾਉਣੀ ਜਾਂ ਫੋਨ ਕਰਨਾ ਅੱਜ ਦੇ ਯੁੱਗ ਅੰਦਰ ਇਜਾਜ਼ਤ ਲੈਣੀ ਮੈਂ ਘਰ ਆਉਣਾ ਚਾਹੁੰਦਾ ਪੁੱਛ ਕੇ ਇਜਾਜ਼ਤ ਮਿਲਣੀ ਘਰ ਆਉਣ ਦੀ ਇਹ ਬਗਾਨੇ ਦੀ ਨਿਸ਼ਾਨੀ ਹੈ ਆਪਣੇ ਘਰ ਦੇ ਜੀ ਨੇ ਆਉਣਾ ਹੋਵੇ ਅਸੀਂ ਤਾਂ ਚਾਬੀਆਂ ਹੀ ਉਹਨਾਂ ਸਾਰਿਆਂ ਨੂੰ ਇੱਕ ਇੱਕ ਦਿੱਤੀ ਹੁੰਦੀ ਤੈਨੂੰ ਪੁੱਛਣ ਦੀ ਲੋੜ ਨਾ ਪਵੇ ਤੈਨੂੰ ਬੈਲ ਖੜਕਾਉਣ ਦੀ ਜ਼ਰੂਰਤ ਨਾ ਪਵੇ ਇਹ ਹੈ ਆਪਣਾ ਮਨ ਘਰ ਮੇਰਾ
तो गुरु ने बाणी में चाप देता, कह लगे राजन जान है अपना। लो मालिक दे दर ते उहदे दरबार विच उहदी गोदी विच जान लई जिहड़ियां रुकावटां ने किवें खत्म होंदियां ने कि हटके ना जाईए, किवें खत्म होंदियां ने अपना बनन नाल। भाई गुरदास जी की रचना तो ध्रुव के बारे एक कहानी स्पष्ट की है, क्या है स्पष्ट कर
ਪਿਓ ਨੇ ਪੁੱਤਰ ਨੂੰ ਗੋਦੀ ਬਿਠਾ ਲਿਆ ਤੇ ਬਾਹੂ ਪਕੜ ਕੇ ਉਠਾਲਣ ਵਾਲੀ ਕੌਣ ਹੈ ਜਿਹਦਾ ਪੁੱਤਰ ਨਹੀਂ ਮਤਰੇ ਸੀ ਬਾਪੂ ਦੇ ਮਤਰੇ ਹੁੰਦੇ ਤਾਂ ਉਹ ਵੀ ਨਾ ਬਿਠਾਉਣਾ ਹਰੀ ਤਾਂ ਸੀ ਰੱਬ ਦੇ ਹੀ ਮਤਰੇ ਬਣੇ ਹੋਏ ਸਾਹਮਣੇ ਬੜੀ ਖੂਬਸੂਰਤ ਗੱਲ ਕਹੀ देखो बेपछाड़ गए शंका खड़ा हो गया अपने पैर पे शंका खड़ा हो गया और उन्हें बेबसी की निशानी होती है जिथे आवाज जिथे दलील खत्म हो जाए मनुख बेबस हो जाए जो लेकर रो के पूछता है ਇਹਦਾ ਮਤਲਬ ਕੋਈ ਦਲੀਲ ਕੋਈ ਸਵਾਲ ਨਹੀਂ ਕਿਉਂ ਨਹੀਂ ਕਿਉਂਕਿ ਪਤਾ ਨਹੀਂ ਸੁਹਾਣੀ ਹੈ ਕਿ ਸਰੀਰ ਤਾਂ ਅਜੇ ਆਪਣੇ ਪਣ ਦੀ ਤਸੱਲੀ ਨਹੀਂ ਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖ ਦਿੱਤੀ ਕਹਿਣ ਲੱਗੇ ਕਿ ਰੱਬ ਬੇਗਾਨਾ ਲਓ ਇਹ ਗੱਲ ਵੱਖਰੀ ਹੈ ਅਸੀਂ ਉਸਨੂੰ ਬੇਗਾਨਾ ਬਣਾਇਆ ਸਭ ਕੁਛ ਆਪਣਾ ਇੱਕ ਆਰਾਮ ਬਣਾਇਆ ਪਰ ਜੇ ਕਦੀ ਅਸੀਂ ਬਾਣੀ ਧਰਮ ਖੇਤਰ ਵਿੱਚ ਗੱਲਾਂ ਬਾਤਾਂ ਵਿਚਾਰਾਂ ਸੁਣੀਏ ਤਾਂ ਸਾਨੂੰ ਸੋਚਣਾ ਪੈਗਾ ਰੱਬ ਬੇਗਾਨਾ ਰੱਬ ਨਾਲ ਸਾਡਾ ਕੋਈ ਰਿਸ਼ਤਾ ਨਹੀਂ ਗੁਰੂ ਆਖ ਰਿਹਾ ਤੇ ਜੇ ਤੂੰ ਸਾਡਾ ਪਿਤਾ ਹੈ ਫਿਰ ਧਰੂ ਜੇ ਪਿਤਾ ਦੀ ਗੋਦੀ ਵਿੱਚ ਬੈਠ ਸਕਦਾ ਤੇ ਮੈਂ ਤੇਰੇ ਦਰ ਤੇ ਨਿਚੱਕ ਹੋ ਕੇ ਕਿਉਂ ਨਹੀਂ ਜਾ ਸਕਦਾ ਲੋਕ ਸੋਚਣ ਵਾਲੀ ਗੱਲ ਤੂੰ ਮੇਰਾ ਪਿਤਾ ਪਰ ਕਹਿਣ ਲੱਗੇ ਇੱਕ ਖਿਆਲ ਕਰਿਓ ਪਿਤਾ ਤੇ ਪੁੱਤਰ ਦੇ ਰਿਸ਼ਤੇ ਦਾ ਮਸਲਾ ਨਹੀਂ ਇੱਥੇ ਸਵਾਲ ਮਤਰੇਈ ਮਾਂ ਦਾ ਵੀ ਹੈ ਕੁਛ ਰੁਕਾਵਟ ਹੈ ਕੁਛ ਹਟਕਣ ਹੈ ਉਹ ਹਟਕਣ ਪਿਤਾ ਵੱਲੋਂ ਨਹੀਂ ਬਿਲਕੁਲ ਉਹ ਪਿਤਾ ਦੀ ਥਾਂ ਤੇ ਹਟਕਣ ਹੈ ਮਤਰੇਈ ਮਾਂ ਵੱਲ ਜਿੱਦਾਂ ਮੈਂ ਕਹਿਣ ਲੱਗੇ ਜਿਹੜੇ ਰੱਬ ਦੇ ਦਰ ਵੱਲ ਜਾ ਰਹੇ ਨੇ ਆਪਣਾ ਸਮਝ ਕੇ ਪ੍ਰਭੂ ਦੇ ਦਰ ਤੇ ਜਾਵਾਂਗੇ ਉਹਨੂੰ ਮਿਲਾਂਗੇ ਸਾਨੂੰ ਕੌਣ ਰੋਕਣ ਵਾਲਾ ਹੈ ਜਾ ਰਹੇ ਨੇ ਉਹਨਾਂ ਕੋਲੋਂ ਪੁੱਛੋ ਕਿਵੇਂ ਪਹੁੰਚੋਗੇ ਤੁਹਾਨੂੰ ਕੋਈ ਰੋਕੇਗਾ ਨਹੀਂ ਤੁਹਾਨੂੰ ਰੋਕਣ ਵਾਲਾ ਕੋਈ ਨਹੀਂ ਕਹਿਣ ਲੱਗੇ ਜਵਾਬ ਇੱਕ ਲਫ਼ਜ਼ ਵਿੱਚ ਦਿੰਦੇ ਨੇ ਕਹਿੰਦੇ ਨੇ ਉਸ ਜਵਾਬ ਦਿੰਦੇ ਨੇ ਕਿ ਅਸੀਂ ਤਾਂ ਉਹਦੇ ਚਾਕਰ ਹਾਂ ਉਹਦੇ ਘਰ ਦੇ ਨੌਕਰ ਤੁਮੇ ਇੱਕ ਵਾਰ ਕੀਤੀ ਸੀ
ਕਿਸੇ ਦੋਸਤ ਨੂੰ ਤਾਂ ਅੰਦਰ ਆਉਂਦਿਆਂ ਪੁੱਛਣਾ ਪੈਂਦਾ, ਘਰ ਦੇ ਨੌਕਰ ਨੂੰ ਨਹੀਂ ਪੁੱਛਣਾ ਪੈਂਦਾ। ਉਹਨੂੰ ਬਿਲਕੁਲ ਚੱਕ ਨਹੀਂ ਕਰਨਾ ਹੈ। ਕਹਿਣ ਲੱਗੇ, ਪੁੱਛੋ ਜਾਏ ਪਧਾਨੂਆਂ, ਉਹਨਾਂ ਰਾਹ ਚੱਲਣ ਵਾਲੇ ਰੱਬ ਦੇ ਰਾਹ ਤੇ ਤੁਰੇ ਹੋਏ ਲੋਕਾਂ ਨੂੰ, ਜਿਹੜੇ ਆਪਣੇ ਆਪ ਨੂੰ ਰੱਬ ਦਾ ਚਾਕਰ ਸਮਝਦੇ ਨੇ ਤੇ ਕਹਿੰਦੇ ਨੇ ਰਾਜਨ ਜਾਲੇ ਆਪਣਾ। ਉਹ ਰਾਜਨ ਨੂੰ ਮਾਲਕ ਨੂੰ ਜਿੰਦੇ ਦਰ ਤੇ ਜਾ ਰਹੇ ਨੇ, ਉਹਦੇ ਨਾਲ ਉਹਨਾਂ ਦਾ ਆਪਣਾ ਬਣਾ ਹੈ, ਦਰ ਘਰ ਠਾਕ ਨਾ ਹੋਏ। ਇਸ ਲਈ ਉਹਦੇ ਦਰ ਤੇ ਉਹਦੇ ਘਰ ਵਿੱਚ ਸਾਡੇ ਲਈ ਕੋਈ ਠਾਕ ਨਹੀਂ। ਸਿਰਫ ਉਹਨੂੰ ਆਪਣਾ ਕਰ ਤੇ ਇਹ ਨਾ ਸਮਝ ਕਿ ਉਹ ਮੈਨੂੰ ਰੋ, ਜਿਹੜੇ ਸੰਸਾਰ ਦੇ ਲੋਕ ਵਿਛੜੇ ਬੈਠੇ ਨੇ। ਜੇ ਦਰਵਾਜ਼ਾ, ਜੇ ਮਾਲਕ ਦਾ ਦਰ ਸਾਰਿਆਂ ਲਈ ਖੁੱਲ੍ਹਾ, ਅਸੀਂ ਵੀ ਚਲੇ ਜਾਈਏ, ਤੁਸੀਂ ਵੀ ਚਲੇ ਜਾਓ। ਇੰਨਾ ਝਗੜਾ ਹੀ ਕਰਦਾ, ਇੰਨੀ ਅਰਦਾਸਾਂ ਬੇਨਤੀ ਹੀ ਕਰਨੀ। ਕਹਿਣ ਲੱਗੇ, ਕਾਰਨ ਸਿਰਫ ਇਹ ਹੈ ਵੀ ਮਤ ਸਮਝੋ ਰੁਕਾਵਟ ਕੋਈ ਨਹੀਂ। ਰੁਕਾਵਟਾਂ ਬੜੀਆਂ ਨੇ, ਸਿਰਫ ਉਹ ਰੁਕਾਵਟਾਂ ਮਾਲਕ ਵੱਲੋਂ ਨਹੀਂ। ਕੋਈ ਰੁਕਾਵਟਾਂ ਵੀ ਕਈ ਤਰ੍ਹਾਂ ਦੀਆਂ ਨੇ। ਪਹਿਲੀ ਤਾਂ ਰੁਕਾਵਟ ਇਹ ਹੈ, ਪਰੇਸ਼ਾਨੀ ਇਹ ਹੈ ਕਿ ਮਾਲਕ ਦੇ ਦਰ ਵੱਲ ਜਾਣ ਵਾਸਤੇ ਰਾਹ ਦਾ ਹੀ ਪਤਾ ਨਹੀਂ। ਫਿਰ ਰੁਕਾਵਟ ਹੈ ਉਹ ਰਾਹ ਸੌਖਾ ਨਹੀਂ, ਔਖਾ ਹੈ। ਫਿਰ ਕਹਿਣ ਲੱਗੇ, ਮੇਰਾ ਔਖਾ ਨਹੀਂ, ਉਸ ਰਾਹ ਵਿੱਚ ਲੁਟੇਰੇ ਨੇ, ਡਾਕੂ ਨੇ, ਪਰੇਸ਼ਾਨ ਕਰਨ ਵਾਲੇ ਲੋਕ ਨੇ, ਜਿਹੜੇ ਹਰ ਕਦਮ ਕਦਮ ਤੇ ਮੇਰੇ ਜੀਵਨ ਲਈ ਖਤਰਾ ਨੇ। ਹੁਣ ਜਿੱਥੇ ਸਵਾਲ ਮਾਲਕ ਦੇ ਦਰ ਦਾ ਦੀ ਰੁਕਾਵਟ ਦਾ ਨਹੀਂ, ਫਰਕ ਉਹਦਾ, ਮਾਲਕ ਦਾ ਦਰ ਬੜਾ ਖੁੱਲ੍ਹਾ ਹੈ, ਉਹ ਆਪ ਵੀ ਬੜਾ ਵਿਸ਼ਾਲ ਹੈ। ਅਸੀਂ ਤੁਸੀਂ ਸਾਰੇ ਉਹਦੇ ਪੈਦਾ ਕੀਤੇ ਹੋਇਆ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌਣ ਤੇਰੇ ਅਖੁੱਟ ਭੰਡਾਰਾ, ਜਿਸ ਤੂੰ ਦੇ ਸੋਤਿਤਾ ਦਾ ਸੋਹੀ ਦਾਸ ਤੁਮਾਰਿਆ ਦੀ, ਸਭ ਕੋ ਆਸੇ ਤੇਰੀ ਬੈਠਾ, ਘੱਟ ਘੱਟ ਅੰਤਰ ਤੋਂ ਦੀ ਉਠਾ, ਸਭੇ ਸਾਂਝੀ ਵਾਲ ਸਦਾਨ, ਤੂੰ ਕਿਸੇ ਨਾ ਦਿਸਿਆ ਬਾਹਰ ਆ ਦੀ। ਇੰਨਾ ਵਿਸ਼ਾਲ ਹੈ। ਹੁਣ ਜੇ ਉਹਦੇ ਘਰ ਤੱਕ ਮੈਂ ਨਹੀਂ ਪਹੁੰਚ ਸਕਿਆ ਤੇ ਮਤ ਸਮਝ ਕੇ ਉਹਨੇ ਤੈਨੂੰ ਨਾ ਕੀਤੀ ਆਉਣ ਲਈ, ਉਹਨੇ ਨਹੀਂ ਕੀਤੀ, ਤੇ ਫਿਰ ਰੁਕਾਵਟ ਕੀ। ਹੁਣ ਰੁਕਾਵਟਾਂ ਦਾ ਬੜਾ ਲੰਬਾ ਜ਼ਿਕਰ ਕਰਦੇ ਨੇ, ਕਹਿੰਦੇ ਨੇ ਇਨ ਪੰਚਰ ਰੱਬ ਦੇ ਨੇੜੇ ਨਹੀਂ ਹੋਣ ਦਿੰਦੇ ਤੇ ਦੂਰੀ ਪੈਦਾ ਕਰ ਰਹੇ ਨੇ। ਹੁਣ ਦੱਸੋ ਮੈਂ ਕਿਵੇਂ ਪਹੁੰਚਾਂ, ਡਰ ਤੇ ਪਹੁੰਚ ਜਾਵਾਂ, ਮੈਨੂੰ ਰੁਕਾਵਟ ਕੋਈ ਨਹੀਂ। ਪਰ ਸਵਾਲ ਤਾਂ ਇਹ ਹੈ, ਪਲ ਪਲ ਹਰਜੀ ਤੇ ਅੰਤਰ ਪਾ ਰਹੇ ਹੋ, ਇਹਨੂੰ ਪਰਚਨ ਮੇਰੋ ਮੰਨ ਜਾਓ ਵਿਗਾੜੇ। ਗੁਰੂ ਦੀ ਬਾਣੀ ਵਿੱਚ ਆਖਿਆ ਪੰਚ ਦੂਤ ਮੇਲੇ
छोड़ी रुकावट बल्कि गुरबाणी अंदर एक अरदास आई है उस अरदास विच ए होई लफज ने मेरे लिए प्रॉब्लम बनी हुई है मेरे राह रुकावटा ने हम देखो ये रुकावटा उन्हों का जिक्र नहीं जी कोई रब खड़ी कर रहा है बिल्कुल नहीं ये रुकावटा मनुख के हिरदे मन में बैठिया ने उन्होंने संभालना है दूर करना है गुरु ने पानी भी चाहता है साकत हर रस साध ना जाने तिन अंतर हमे कंडा है ज्यो ज्यो चले चुभे दुख पावे कंडिया पड़े था कंडिया पड़ा रहा है मार्ग पंथ ना जानो बिखड़ा हरा जानदा नहीं है भी बड़ा औखा तेरे दर तक पहुंचो कि मैं गल तो सिर्फ दर ते पहुंचन दी है उत्थे पहुंच के मैनू कोई परेशानी नहीं गुरु साहब ने बड़ी खूबसूरत गल एक थां ते आके कहन लगे हर प्रभ खसम का फिर कोई रुकावट नहीं पर डर ते पहुंचन तो पहला रुकावट ने कह लगे काम क्रोध लोभ झूठ निंदा इन ते आप छुड़ावो कढ़ो फिर अपने निकट बुलावो फिर तुसी मैनूं अपने अपना राह दिखा के अपने कोल बुलाओ ता मैं पहुंच सकां मेरे को पहुंचना भी बड़ा मुश्किल है पिछले दिन कलाइन आई सी के रोला कुंडा अंदला कैगल लगे है जिंदियां लत्तां भी ना हो रोला जिंदे हाथ भी ना हो टुंडा जिंदियां अखां भी ना हो अंदला तेरे दर तक पहुंचे कि तेन गलवकड़ी पाए भी तो मेरे को साधन नहीं मेरे राह में तो रुकावट तू नहीं खड़िया कीतिया मैं आप खड़िया ए नहीं कह सकता कि रुकावट कोई नहीं मेरे गुना मेरे विकार मेरे विचार ही तेरे मेरे दरमियान एक दीवार बन के खलोते हाँ हाँ भीत भयो है बीचो हाँ हाँ दी बीच दीवार है सुनिए रब नेड़े है सुत देश निकटायो पर हाँ हाँ भीत भयो है बीचो इतना तो
ਬੜੀ ਖੂਬਸੂਰਤ ਗੱਲ ਗੁਰੂ ਨੇ ਆਖੀ, ਕਹਿਣ ਲੱਗੇ ਹੈ ਹਦ ਹੂਰ ਕਦ ਦੂਰ ਬਤਾਵੋ, ਰੱਬ ਤਾਂ ਨੇੜੇ ਉਹਨੂੰ ਦੂਰ ਕਿਉਂ ਆਖਣਾ, ਉਹਨੂੰ ਦੂਰ ਕਿਉਂ ਆਖਣਾ। ਕਹਿਣ ਲੱਗੇ ਕਾਰਨ ਇਹ ਕਿ ਨੇੜੇ ਪਹੁੰਚ ਕੇ ਵੀ ਇੱਕ ਪਰੇਸ਼ਾਨੀ ਖੜੀ ਹੋ ਗਈ, ਉਹ ਹੈ ਮਨ ਕੁੱਤਾ ਬਣ ਗਿਆ ਹੈ, ਮਨ ਕੂਕਰ ਬਣ ਗਿਆ। ਤੇ ਜਿਸ ਰਾਹ ਤੇ ਖੂਨ ਖਰ ਕੁੱਤਾ ਹੋਵੇ ਉੱਥੋਂ ਵੀ ਲੰਘਣਾ ਬੜਾ ਔਖਾ ਹੁੰਦਾ, ਦਰਵਾਜ਼ੇ ਤੇ ਬੰਨਿਆ ਹੋਵੇ ਅੰਦਰ ਨਹੀਂ ਜਾਇਆ ਜਾਂਦਾ। ਜੇ ਕੋਈ ਆ ਵੀ ਜਾਏ ਘਰ ਤੇ ਅੱਗੋਂ ਜਦੋਂ ਕੁੱਤਾ ਭੌਂਕਦਾ ਹੈ ਨਾ, ਅੱਗੋਂ ਬੋਲਦਾ ਹੈ, ਉਦੋਂ ਪਹਿਲਾਂ ਆਵਾਜ਼ ਦਿੰਦੇ ਜੀ ਇਹਨੂੰ ਪਹਿਲਾਂ ਬਣੋ, ਇਹਨੂੰ ਬਣੋ। ਆਇਆ ਹੋਇਆ ਮੁਸਾਫਰ ਕਹਿੰਦਾ ਘਰ ਵਾਲੇ ਨੂੰ ਪਹਿਲਾਂ ਇਹਨੂੰ ਬਣੋ, ਤੇਰਾ ਗੁਰੂ ਕਹਿੰਦੇ ਨੇ ਮਨ ਵੀ ਕੂਕਰ ਬਣ ਗਿਆ ਹੈ। ਮਨ ਅੰਦਰ ਬਹੁਤ ਥਾਵਾਂ ਤੇ ਮਨ ਨੂੰ ਕੂਕਰ ਆਖਿਆ ਗਿਆ ਹੈ, ਮਨ ਵੀ ਕੂਕਰ ਬਣ ਗਿਆ। ਰੱਬ ਦੇ ਨੇੜੇ ਵੀ ਨਹੀਂ ਹੁਣ ਦਿੰਦਾ ਹੈ ਮਾਲਕ ਪਹਿਲਾਂ ਇਹਨੂੰ ਬਣ, ਜਿੰਨੀ ਦੇਰ ਮਨ ਨਹੀਂ ਬਚਦਾ ਉਨੀ ਦੇਰ ਮੈਂ ਦਰ ਵਿੱਚ ਪ੍ਰਵੇਸ਼ ਹੀ ਨਹੀਂ ਕਰ ਸਕਦਾ। ਕਹਿਣ ਲੱਗੇ ਪਛਾਣ ਨਹੀਂ ਜਿਸ ਰਾਹ ਤੇ, ਜਿਵੇਂ ਗੁਰੂ ਸਾਹਿਬ ਨੇ ਸਤਿਗੁਰੂ ਨੇ ਬਾਣੀ ਵਿੱਚ ਇੱਕ ਲਫ਼ਜ਼ ਆਏ ਸਨ, ਬਿਨ ਗੁਰ ਬਿਸਿਰ ਦਸੈ ਮਰ ਵਾਟ, ਗੁਰਬਾਣੀ ਵੀ ਉਸ ਰਾਹ ਵਿੱਚ ਐਡੇ ਜ਼ਹਿਰੀਲੇ ਨਾਗ ਬੈਠੇ ਨੇ, ਬਿਸਿਰ ਬੈਠੇ ਨੇ ਜ਼ਹਿਰ ਵਾਲੇ, ਕਿ ਉਸ ਪੰਧ ਤੇ ਰਾਹ ਤੇ ਚੱਲਣ ਵਾਲੇ ਨੂੰ ਪਤਾ ਨਹੀਂ ਕਿਸ ਵੇਲੇ ਡੰਗ ਲੈਣ ਤੇ ਉਹ ਰਸਤੇ ਵਿੱਚ ਹੀ ਮਰ ਜਾਏਗਾ, ਟਿਕਾਣੇ ਤੱਕ ਪਹੁੰਚੇਗਾ। ਸਾਡੀ ਹਾਲਤ ਇਹਦੀਆਂ ਰੁਕਾਵਟਾਂ ਨੇ ਮੇਰੀਆਂ ਤੇ ਮੇਰੇ ਮਾਲਕ ਦੇ ਦਰ ਦੇ ਰਸਤੇ ਦੀਆਂ, ਉਹ ਰੁਕਾਵਟਾਂ ਮੇਰੇ ਮਾਲਕ ਨੇ ਖੜੀਆਂ ਨਹੀਂ ਕੀਤੀਆਂ, ਉਹਨੇ ਤਾਂ
दरवाजा खुला रखे पर आ रुकावट जवगणा दया गुनाह दया जिनी देर यह विकारियां दियाँ तू अपन रुकावट रस्ते चो नहीं हटा तू दर तक नहीं पहुँचता तो जो तू दर ते पहुँच जाएगा फिर वेखी तेन कोई रुकावट नहीं कम उ शुरू होता है गुरु ने क्यों बाणी चल गया हर प्रभु खसम का हर के दर आया जब दर से आ गया हर अंदर सुनी पुकार ढाडी मुख लाया रब ने अंदर सुन लिया भी ढाडी आ गया दर से पहुंच गया है और कोई रुकावट नहीं ढाडी मुख लाया इनू अंदर आने दे फिर हर पुछया ढाडी सद के क्यों तो अर्थ तू आया उसनों सद के गुरु प्यार नाल रब प्यार नाल पुछदा भलिया किवें आया की चाहिए कोई कमी ते नहीं केड़ा प्यार है अपने अंदर इहो गल कीती गुरु ने कह लगे राजन जाने अपना जिस दिन तू उस मालिक नूं अपना समझ लिया उनके नाल अपना तो पैदा कर ली फिर तेरे ते उनके दरमियान विच कोई रुकावट नहीं राजन जाले जाने अपना कह लगे दर कर ठाक ना होए फिर दर कर विच कोई ठाक कोई रुकावट कोई मना ही नहीं तू ते मालिक एक हो गया है हम किछ नाही एक है ओ ही अगे पाछे एको सोई नानक गुर खोए परम पंगा हम ओए मिल होए एक रंगा एक हो गया हम कहते हैं जे गुणा करके उठ पहुंचिया जाता है रुकावट खत्म होती है उनके नाल अपनत्त पैदा होती है तो फिर मैनू गुण भी समझने पैन अगले श्लोक में कहते हैं ये साबित करते हैं कि गुण की है मनुख का जीवन गुण भी होना हो के गुनाह विच किवें डुब रहा है उन्हां तो बचना काम क्रोध लोभ मोह अहंकार भी एक ऐसिया लहरां ने वो डोब दिंदियां ने पर कहन लगे लहर ही एक वो चीज़ है जिहड़ी बाहर किनारे लाउंदी है दो पासे लहर नूं लहर है ते कहते हैं कबीर डूबा था है उबरे गुण की लहर झलक लो दुनिया के लोगों कबीर भी डूब जाता कबीर भी डूब जाता पर मैं उबर गया बच गया कबीर डूबा था पै उभरे किस तरह गुण की लहर चबाक गुणा की एक लहर आई गुणा की एक लहर आई लहर शक्ति का नाम है मैं कर्ज की पानी नहीं पानी विच्चों उठी लहर एक शक्ति है जिथे अवगुण शक्ति ने तेनू रब नालों तोड़ सकते उथे गुण शक्ति ने तेन रब न जोड़ सकते जिथे अवगुण शक्ति ने तेरे जीवन नू डोब सकते ने लहर ने उथे गुण भी शक्ति ने तेन किनारा किनारे ला सकते क्योंकि मैं कर्ज की लहर जिन्हिया ने अंदरों उठ दिया ने बाहर नू जा दिया ने कदों बाहर उठ के अंदर नू नहीं आउंदी कदी वेखियो ਸਾਗਰਾਂ ਦੀਆਂ ਲਹਿਰਾਂ ਕਦੀ ਕਿਨਾਰੇ ਤੋਂ ਅੰਦਰ ਨਹੀਂ ਆਉਂਦੀਆਂ ਕਿਨਾਰੇ ਤੇ ਜਾ ਕੇ ਤਾਂ ਖਤਮ ਹੋ ਜਾਂਦੀਆਂ ਨੇ ਟਕਰਾ ਕੇ ਅੰਦਰ ਉੱਠਦੀਆਂ ਨੇ ਬਾਹਰ ਲੈ ਜਾਂਦੀਆਂ ਕਹਿਣ ਲੱਗੇ ਜੇ ਕਿਨਾਰਾ ਕਿਸੇ ਨੂੰ ਦਿਖਾਉਂਦੀ ਹੈ ਉਹ ਵੀ ਲਹਿਰ ਹੁੰਦੀ ਹੈ ਪਰ ਜਦੋਂ ਗੁਣਾਂ ਦੀ ਲਹਿਰ ਆਉਂਦੀ ਹੈ ਬਾਬਾ ਕਬੀਰ ਕਹਿੰਦਾ ਮੈਂ ਡੁੱਬ ਜਾਂਦਾ ਜੇ ਗੁਣਾਂ ਦੀ ਲਹਿਰ ਨਾ ਆਉਂਦੀ ਗੁਣਾਂ ਦੀ ਲਹਿਰ ਆਈ जिन्हें मैनू बचा लिया तो बच के गुणा की लहर में मैनू दिसिया की
कि मैं तो इस संसार दे माया मोह दे बेड़े विच बैठा जिहड़ा जड़ जड़ा है जो बच गया किनारा मिलिया तो मैं सोची पै गया मैं तो हुण तक ऐसे बेड़े च बैठा जिहड़ा जड़ जड़ा है जड़ जड़ा का अर्थ होंदा है जिहड़ा पुराना हो गया जरा पुराने जर नाम बुढ़ाई पे पुराने का कह लगे मैं तो पता लगा कि बेड़ा पुराना है जर्जरा तो जर्जरे का मतलब होंगे पुराना पुराने का मतलब होंगे ना हंडनसार जरा निभ न सकता हो गुरु ने पुराने लफज की परिभाषा एक लाइन में की है कह लगे होए पुराना कपड़ पाटे सूई धागा गंढ पुराना कपड़ा हो जाए उन्होंने सूई धागे नाल गंढ लो ताकि दिब जाएगा पुराना तो पुराना ही है किन्नी देर दिबेगा होए पुराना कपड़ पाटे सूई धागा गंढे कह लगे माओ पख कछ चले नहीं 15 दिन महीना नहीं चलता पुराना है उन्हें तेरा साथ नहीं देना माओ का मतलब महीना पख का मतलब 15 दिन क्योंकि महीने में दो पख होंगे एक चाननी पख एक अंधेरे पख कहते माओ पख कछ चले नहीं महीना 15 दिन नहीं चलना वो पुराना है उन्हें नाल नहीं निपना कह लगे इसे तरह जिस संसारिक माया मोह दे बेड़े विच बैठा है ना ये पुराना है जर्जरा है इन्हें साथ ने पता नहीं होने नु छड़ना पै जाए शाम नु छड़ना पै जाए ये पुराना है इन्हें भरोसा ना कर ते जदों मैनू ये पता लगा भी जिस बेड़े विच मैं बैठा है तो पुराना है जब देखो बेड़ा जर्जरा ते मैं छाल मार के संसार दे बेड़े च उतर गया निरंकार दे बेड़े चढ़ गया लोहा पर लगे कभी डूबा था पैर उपरियों कभी डूबा था पैर उपरियों गुण मेरी दूरी भी
गुण भी होना होने करके ते मैं इस संसार समुद्र विच भी ताई डूब रहा क्योंकि अजे तक मेरे को गुणा की शक्ति नहीं गुण की लहर चमक जे मेरे को गुण आ जाए जे गुण होवन साजना मिल सांझ करी जाए सांझ करी जाए गुणा केरी छोड़ अवगुण चले गए मालिक जड़ा वो है ही गुण स्वरूप जिन्नी देर साढ़े को गुण नहीं आते उन्नी देर मिलाप नहीं गुरबाणी की एक लाइन है सतगुरु कहते ने दुहागनी रोंदी है कहती है मैं सब राती सुहागनी मैं दुहागन रात कहती है किवें मिला ते जवाब मिलता है जे गुणवंती थी रहे तभी सौरा बन जाए गुणवंती सौरा गया निर्गुण को कह काए प्योर हो रही तेरा विचरण का कारण तो गुण भी होना ही है ना जे गुणवंती थी रहे तभी सौरा बन जाए चलो जिहड़ा समा गुजर गया वह तो गुजर गया हुण ही गुण इकट्ठे कर लै जिस दिन तेरे को गुण आ गए मालिक नाल तेरी अपनत अपनापन पैदा हो जाएगा नज़दीकी रिश्ता बन जाएगा फिर जिंदा नज़दीकी रिश्ता होंदा है वह हट के ना है कोई उनके दर ते उनके लिए कोई रुकावट नहीं इन्हां शब्दां नाल खिमा दा जा चुका फतेह बुलाओ वाहेगुरु जी का खालसा।